ਬਾਕੀ ਨਾ ਮਲਿਕ ਆਰਿਫ ਇੱਕ ਬੜਾ ਰੋਲਾ ਰਹਿੰਦੇ, ਬੜੇ ਪੁਰਾਣਾ ਸੁਣਦੇ ਪਏ ਔਰ ਅੱਗਾਂ ਵੀ ਸ਼ਾਇਦ ਸੁਣਦੇ ਰਾਸੂ ਪਏ। ਇੰਜਨ ਨਵਾਂ ਹੈ ਨਾ, ਤੇ ਉਹਦੇ ਵਿੱਚ ਪਤਲਾ ਆਇਲ ਪਾਓ ਪਹਿਲੀ ਦਫ਼ਾ, ਠੀਕ ਹੈ, ਅੱਧ ਇੰਜਣ ਦਾ, ਤੇ ਅੱਧ ਇੰਜਣ ਦੇ ਬਾਅਦ ਵਿੱਚ ਉਸਨੂੰ ਵੱਧ ਮੋਟਾ ਆਇਲ ਦਿਓ। ਸਹੀ ਹੈ, ਮਕਸਦ ਕਿ ਜਿਹੜਾ ਤੁਸੀਂ ਡਿਊ ਪੈਂਦੇ ਪਏ ਉਹ ਫਿਲਹਾਲ ਮੋਟਾ ਹੈ ਨਵੇਂ ਇੰਜਣ। ਇਹਦੀ ਤਹਿਕੀਕ ਤੂੰ ਆਪ ਕਰਕੇ ਦਿਓ ਕਿ ਤੇਰਾ ਜ਼ਿਹਨ ਕੀ ਮੰਨਦਾ। ਤੁਸਾਂ ਮੈਂ ਤਾਂ ਅਗਰ ਤੁਹਾਨੂੰ ਦੱਸਾਂ ਨਾ ਤਾਂ ਇੱਕੋ ਆਇਲ ਚਲਾਓ। ਹੁਣ ਮੋਟਰਸਾਈਕਲ ਦੇ ਵਿੱਚ ਅਸੀਂ ਕਿਤਨਾ ਅਰਸਾ ਡਿਊ ਆਇਲ ਇਸਤੇਮਾਲ ਕੀਤਾ ਪੈਟਰੋਲ ਇੰਜਨ ਦੇ ਵਿੱਚ, ਇਹਦੇ ਸਾਰੇ ਪਿਸਟਨ ਦੇ ਉੱਤੇ 70 ਸੀਸੀ ਵਾਲੇ ਦੇ ਵਿੱਚ ਕਾਫੀ ਲੰਬਾ ਅਰਸਾ, ਬਹੁਤ ਲੰਬਾ ਅਰਸਾ ਅਸਾਂ ਪੈਂਦੇ ਰਹੇ ਹਾਂ। ਲੇਕਿਨ ਉਹਦੇ ਵਿੱਚ ਮੈਂ ਕੰਡਕਟਰ ਆਰਡ ਪਹਿਲੇ ਇੰਜਣ ਦੇ ਉੱਤੇ ਪਾਇਆ ਹੀ ਨਵਾਂ, ਜਿਸ ਚੀਜ਼ ਨੂੰ ਨੁਕਸਾਨ ਦਿੰਦਾ। ਕਰੈਂਕ ਜਿਹੜੀ ਆਈ ਉਸੇ ਦਾ ਗ੍ਰੈਂਡ ਬ੍ਰੈਂਡ ਜਾਂ ਜੇ ਕੋਈ ਚੀਜ਼ ਉਹ ਬਣਾਈ ਨੇ, ਕੰਡਕਟਰ ਆਰਡ ਮੈਂ ਨਵਾਂ ਪਾਇਆ ਚੰਗਾ ਅੱਛੇ ਵਾਲਾ, ਉਹਦੇ ਬੈਰਿੰਗ ਵਗੈਰਾ ਵੀ ਨਵੇਂ, ਅਤੇ ਉਹ ਸਾਈਡਾਂ 'ਤੇ ਗਜਨ ਪਿੰਨਾਂ ਵਗੈਰਾ ਜਿਹੜੀਆਂ ਹੁੰਦੀਆਂ। ਬਹਰਹਾਲ ਉਹ ਸੈਟਅਪ ਕੰਡਕਟਰ ਆਰਡ ਸਾਡਾ ਅੱਜ ਹੀ ਮੋਟਰਸਾਈਕਲ ਯੂ ਓ ਚੱਲਦਾ। ਗਰਾਰੀਆਂ ਜਿਹੜੀਆਂ ਉਹ ਵੈਸੇ ਸੱਟਾ ਮੱਟਾ ਦੇ ਕੇ ਪੁਰਾਣੀਆਂ, ਕੁਝ ਚੇਂਜ ਕੀਤੀਆਂ, ਕੁਝ ਉਹ ਅਤੇ ਇਸ ਤਰ੍ਹਾਂ ਦੀਆਂ ਪਾਈਆਂ। ਆਇਲ ਦਾ ਮਿਸਤਰੀ ਸਾਕੂ ਨਹੀਂ ਆਖਾ, ਅਸਾਂ ਮੌਕੇ ਦੇ ਉੱਤੇ ਇੰਜਨ ਖੁਲਵਾਏ ਵਾਲਾ ਉੱਥੇ ਬੈਠੇ ਰਹੇ, ਕਹੀਂ ਤੱਕ ਉਹ ਆਖਾ ਜੀ ਨਹੀਂ। ਅੱਛਾ, ਮੇਨ ਚੀਜ਼ ਜਿਹੜੀ ਆਇਲ ਜਿਹਦੇ ਉੱਤੇ ਅਸਰ ਕਰੀਂਦਾ ਨਾ, ਉਹ ਚੀਜ਼ ਕਿਹੜੀ ਹੁੰਦੀ ਹੈ? ਪੀਸ ਤਾਂ ਚੱਲਦੇ ਰਹਿੰਦੇ ਨਾ, ਪੀਸਾਂ ਦੇ ਤਾਂ ਅਗਰ ਡੀਜ਼ਲ ਦੀ ਇੱਕ ਪਿਆਲੀ ਤੂੰ ਇੰਜਨ ਪਾ ਦੇ, ਇੰਜਨ ਖਤਮ, ਪੀਸ ਖਤਮ, ਠੀਕ ਹੈ। ਜਿਹੜਾ ਆਇਲ ਹੈ ਨਾ, ਉਹ ਮਕਸਦ ਇਹ ਵਾਲਾ ਜਿਹੜਾ ਹੈ ਨਾ, ਪਿਸਟਨ ਰਿੰਗ ਸਲੀਪ ਮੇਨ ਚੀਜ਼ ਉਹਦੇ ਉੱਤੇ ਅਸਰ ਕਰੀਂਦਾ, ਠੀਕ ਹੈ। ਜਿਸ ਟਾਈਮ ਹੁਣ ਅਸਾਂ ਮੋਟਰਸਾਈਕਲ ਖੁਲਾਏ ਅਤੇ ਉਸ ਟਾਈਮ ਤਾਂ ਆਪ ਅੰਗਿਲ ਮਾਰੀਏ ਸਲੀਪ ਹੀ, ਪਿਸਟਨ ਚੈੱਕ ਕੀਤੇ ਕਿ ਥਾਈ ਝਰੀ ਆਈ, ਕੋਈ ਜਾਮ ਕੋਨ ਆਈ, ਕੁਝ ਵੀ ਸਮਝੋ ਸੀਜ਼ ਮੀਜ਼ ਨਹੀਂ ਹੋਇਆ, ਬਾਕੀ ਪਿੱਛੇ ਕੀ ਚੀਜ਼ ਬਚ ਗਈ, ਸਾਰਾ ਕੁਝ ਕੰਡਕਟਰ ਆਰਡ ਉਹ ਚੱਲਦਾ ਪਈ, ਬਿਲਕੁਲ ਓਕੇ ਆ। ਵਰਨਾ ਕੰਡਕਟਰ ਆਰਡ ਨੂੰ ਖਾਵੇ ਆ ਕਿ ਥਾਈ ਬੰਦ ਥੀ ਵਿਆ ਕਿ ਨਹੀਂ, ਗਰਮੀ ਕਰਿਆ ਕੁਝ ਥੀ ਹੈ ਉਹਨੂੰ, ਕੰਮ ਇੰਜਨ ਤੇ ਖਤਮ ਦੀ ਚਲਾਈ, ਫੁੱਲ ਤੇ ਚਲਾਈ, ਇੱਕ ਪੈਟਰੋਲ ਇੰਜਨ ਛੋਟਾ ਜਿਹਾ ਇੰਜਨ, ਇਹਦੇ ਜਿਸ ਟਾਈਮ ਗਰਮੀ ਕਰੀਂਦਾ ਨਾ, 60 ਦੀ ਗਰਮੀ ਜਾਂ 80 ਦੀ ਕੀਤੀ ਖੜੇ, ਤਾਂ 80 ਦੀ ਗਰਮੀ ਤੇ ਕੋਈ ਦੀ ਜ਼ਿਆਦਾ ਗਰਮੀ ਕੋਨੀ, ਠੀਕ ਹੈ। ਉਸ ਤੋਂ ਬਾਅਦ ਵਿੱਚ ਲਾਲ ਨਿਸ਼ਾਨ ਦੇ ਵਿੱਚ ਦਾਖਲ ਥੀਂਦਾ ਪਿਆ ਹੁੰਦਾ, 80 ਦੇ ਉੱਤੇ ਤੁਸੀਂ ਇਸ ਨੂੰ ਫਿੱਟ ਮੰਨ ਕੇ ਚਲਾ ਸਕਦੇ। ਹਾਂਜੀ, ਅਤੇ 80 ਦੇ ਟੈਂਪਰੇਚਰ ਦੇ ਉੱਤੇ ਜਲੇ ਤੂੰ ਪਤਲਾ ਆਇਲ ਪੈਣੇ, ਉਹਦੀ ਪੋਜੀਸ਼ਨ ਕਿਆ ਬਣਨਾ, ਉਹ ਇੱਕ ਤੂੰ ਨਾ ਹੁਣ ਮਕਸਦ ਇਹ ਕਿ ਦੇਗਚੀ ਦੇ ਵਿੱਚ ਨਾ ਆਇਲ ਨੂੰ ਗਰਮ ਕਰ, ਗਰਮ ਕਰਕੇ ਉਹਨੂੰ ਤਕਰੀਬਨ ਇੱਕ ਦੇ ਆਇਲ ਦੇ ਬਰਾਬਰ ਟੈਂਪਰੇਚਰ ਦੇ, ਆਇਲ ਦਾ ਟੈਂਪਰੇਚਰ ਚੈੱਕ ਕਰ ਬੇ ਟਰੈਕਟਰ ਕਿਤਨੇ ਟੈਂਪਰੇਚਰ 'ਤੇ ਆਇਲ ਚੱਲਦਾ ਪਏ, ਠੀਕ ਹੈ। ਉਹ ਤੂੰ ਬੰਦ ਕਰਕੇ ਇਹਦੇ ਵਿੱਚ ਨਾ ਇਹ ਪਾਣੀ ਵਾਲੀ ਗੇਜ ਪਾ ਕੇ ਚੈੱਕ ਕਰ ਸਕਦਾ ਵੀ 40 ਦੇ ਟੈਂਪਰੇਚਰ 'ਚ ਆਇਲ ਗਰਮ ਹੈ, ਤੂੰ 40 ਦੇ ਟੈਂਪਰੇਚਰ 'ਚ ਆਇਲ ਦੇਗਚੀ ਦੇ ਵਿੱਚ ਗਰਮ ਕਰ, ਉਹ ਗਨ 'ਚ ਪਾ, ਉਸਨੂੰ ਇਸਤੇਮਾਲ ਕਰ, ਗਨ 'ਚ ਚਲਾ, ਵਾਧੂ ਡੀਜ਼ਲ ਪਾ ਕੇ ਅਤੇ ਗਨ 'ਚ ਚਲਾ, ਬਰਾਬਰੀ ਦਿਖਿਆ ਸੀ ਉਹ ਕਬੀ, ਕਿਉਂਕਿ ਪਤਲਾ ਆਇਲ ਜਿਹੜਾ ਮੋਟਰਸਾਈਕਲਾਂ ਦੇ ਵਿੱਚ ਪੈਂਦੇ ਆ ਇਹ ਬਹੁਤ ਪਤਲਾ ਆਉਂਦਾ, ਹੈਵੀ ਕਿਸਮ ਦਾ, ਇਹ ਜਿਸ ਟਾਈਮ ਫੁੱਲ ਗਰਮ ਥੀਂਦਾ ਤਾਂ ਉਹ ਪਾਣੀ ਬਣ ਜਾਂਦਾ, ਔਰ ਉਹ ਨੁਕਸਾਨ ਦੇਣਾ ਸ਼ੁਰੂ ਥੀ ਜਾਂਦਾ ਪਿਸਟਨ ਨੂੰ ਹੀ, ਰਿੰਗਾਂ ਨੂੰ ਹੀ, ਗਜਨ ਪਿੰਨ ਨੂੰ, ਕੰਡਕਟਰ ਆਰਡ ਨੂੰ, ਕਰਾਰੀਆਂ ਨੂੰ, ਸਭ ਚੀਜ਼ਾਂ, ਕਿਉਂਕਿ ਉਸ ਵੇਲੇ ਸਮੇਂ ਕਿ ਉਹ ਖੁਸ਼ਕ ਚੱਲਦੀ, ਪਾਣੀ ਚੱਲਦਾ ਪਏ, ਪਾਣੀ ਚੱਲਦਾ ਪਏ, ਤਾਂ ਸਾਡਾ ਜਿਹੜਾ ਇੱਕ ਜ਼ਿਹਨ ਹੈ
ਕਿ ਸ਼ੁਰੂ ਤੋਂ ਇੱਕ ਤਾਂ ਆਇਲ ਇੱਕ ਰੱਖੋ, ਕੰਪਨੀ ਚੇਂਜ ਨਾ ਕਰੋ ਕਦਾ ਵੀ। ਸ਼ੁਰੂ ਤੋਂ ਜਿਹੜਾ ਇੰਜਨ ਕਰਾਓ ਨਾ, ਤੇ ਤੁਸੀਂ ਡਿਊ ਆਇਲ ਪਾਏ, ਰਿਮੋਲਾ ਪਾਏ, ਪਹਿਲੀ ਦਿਹਾੜ ਜਿਹੜਾ ਪਾਏ ਉਸ ਨੂੰ ਐਂਡ ਤੱਕ ਚਲਾਓ, ਤੁਹਾਡੀ ਗੱਡੀ ਕਰਾਈ ਮਸਲਾ ਨਾ ਕਰੇ ਸੀ ਇੰਜਨ ਦਾ। ਅਗਰ ਦਰਮਿਆਨ ਦੇ ਵਿੱਚ ਤੁਸੀਂ ਚੇਂਜ ਕਰੀਂਦੇ ਵੇ, ਉਹ ਤੁਹਾਡਾ ਇੰਜਨ ਬਿਲਕੁਲ ਨਾਕਾਰਾ ਹੋ ਸਕਦਾ, ਖਤਮ ਹੋ ਸਕਦਾ। ਜਿਹੜਾ ਇੱਕ ਅੱਧ ਮਿਆਰ ਤੇ ਆਇਆ ਖੜੇ ਨਾ, ਉਸ ਇੰਜਨ ਦੇ ਵਿੱਚ ਆਇਲ ਨੂੰ ਚੇਂਜ ਨਾ ਕਰੋ, ਇੱਕੇ ਹੀ ਕੰਪਨੀ ਦਾ ਆਇਲ ਚਲਾਓ। ਚੇਂਜ ਕਰੇ ਸੋ ਤੁਹਾਨੂੰ ਕੋਈ ਪਤਾ ਨਹੀਂ ਕਿਹੜੇ ਟਾਈਮ ਉਹ ਆਇਲ ਕੱਢ ਸਕੇ, ਖਾਵਣ ਪਏ ਵਜੇ ਬਲੋ ਵਧਾ ਵਜੇ, ਇਹ ਮਸਲਾ ਉਹਦੇ ਵਿੱਚ ਆ ਸਕਦਾ। ਤਾਂ ਤੁਸੀਂ ਆਇਲ ਜਿਹੜਾ ਇੱਕੋ ਹੀ ਕੰਪਨੀ ਰੱਖਣੀ। ਅਸਾਂ ਤਾਂ ਸ਼ੁਰੂ ਤੋਂ ਡਿਊ 3000 ਚੱਲਣ ਦੇ ਪਏ, ਠੀਕ ਹੈ, ਔਰ ਡਿਊ 3000 ਹੀ ਪੈਂਦੇ ਆਉਂਦੇ ਹਾਂ। ਅਸਾਂ ਕਰਾਈ ਵਾਲਾ ਚੇਂਜ ਉਸਨੂੰ ਨਹੀਂ ਕੀਤਾ, ਗੇਅਰ 'ਚ, ਹਾਂਡੇ 'ਚ, ਸਾਰਾ ਕੁਝ। ਅਤੇ ਗੇਅਰ ਦੇ ਵਿੱਚ ਜਿਹੜਾ ਲੋਕ ਮੋਟਾ ਪਾ ਦਿੰਦੇ ਨਾ, ਉਹ ਹੀ ਬੜੀ ਗਲਤੀ। ਜਿੱਥੇ ਮੋਟਾ ਪਾਉਣਾ ਹੈ, ਜਿੱਥੇ ਮਿਆਰੀ ਪਾਉਣਾ ਹੈ, ਉੱਥੇ ਨਹੀਂ ਪੈਂਦੇ, ਪਤਲਾ ਛੱਡ ਦਿੱਤਾ। ਅਤੇ ਜਿੱਥੇ ਪਤਲਾ ਪਾਉਣਾ ਹੈ, ਉੱਥੇ ਮੋਟਾ ਪਾ। ਹੁਣ ਇੱਕ ਮਿੰਟ ਥੋੜ੍ਹਾ ਜਿਹਾ ਤਜਰਬਾ ਕਰ ਕੇ ਲੋਕ ਇਹਦੇ ਵਿੱਚ ਨਾ ਸੀਐਲ ਦਾ ਜਨਾਬ ਨਾ 40 ਲੀਟਰ 20 ਲੀਟਰ ਵਿੱਚ ਸੱਟ ਗੱਤੇ, ਅਤੇ ਇਹਦੇ ਵਿੱਚ ਜਿਹੜਾ ਆਇਲ ਹੈ ਨਾ, ਉਹ ਆਇਲ ਦੀ ਕਪੈਸਿਟੀ ਇਸ ਜਗ੍ਹਾ ਤੱਕ ਹੈ, ਇਹ ਤੱਕ ਇਹਦਾ ਆਇਲ ਹੁੰਦਾ, ਠੀਕ ਹੈ। ਹੁਣ ਇਹਦੇ ਪੰਪ ਦੀ ਗਰਾਰੀ ਖੜੀ ਹੈ ਇੱਥੇ, ਠੀਕ ਹੈ, ਇੱਕ ਗਰਾਰੀ ਦੀ ਇੱਥੇ ਖੜੀ ਹੈ, ਇੱਕ ਗਰਾਰੀ ਇੱਥੇ ਖੜੀ ਹੈ। ਇਹ ਇਹਦਾ ਜਿਹੜਾ ਉਤਲਾ ਅੱਡਾ ਹੁੰਦਾ, ਉਹ ਸਾਰਾ ਖੁਸ਼ਕ ਹੈ ਗੇਅਰ ਦੇ ਵਿੱਚ, ਤੱਲੇ ਇੱਥੇ ਆਇਲ ਹੈ, ਬਾਕੀ ਤੋੜੋ ਤੋੜ ਸ਼ਿਫਟਰ ਤੱਕ ਖੁਸ਼ਕ ਹੈ। ਅਗਰ ਤੁਸੀਂ ਇਹਦੇ ਵਿੱਚ ਆਇਲ ਮੋਟਾ ਪੈਣ ਦੇਵੇ ਨਾ, ਤਾਂ ਉਹ ਇੱਥੋਂ ਉੱਤੇ ਸਪਰੇਅ ਨਹੀਂ ਕਰ ਸਕਦਾ। ਮੋਟਾ ਆਇਲ ਹੁੰਦਾ, ਮੋਟਾ ਹੁੰਦਾ ਉਹ ਤੱਲੇ ਰੇੜ ਮਾਰ ਕੇ ਉੱਥੋਂ ਹੀ ਚੱਲਦਾ ਰਹਿੰਦਾ, ਸਰਦੀਆਂ ਦੇ ਵਿੱਚ ਉੱਤੇ ਆਇਲ ਨਹੀਂ ਆਉਂਦਾ। ਇੱਕ ਦੂਜਾ, ਜਿਸ ਟਾਈਮ ਬੈਰਿੰਗ ਦੀਆਂ ਗੋਲੀਆਂ ਨਾ, ਮਕਸਦ 8 ਗੋਲੀਆਂ, ਅਤੇ 8 ਗੋਲੀਆਂ ਦੇ ਵਿੱਚ ਸੀਐਲ ਪੇ, ਠੀਕ ਹੈ, ਤਾਂ ਉਹ ਗੋਲੀਆਂ ਨਾ ਚੱਲ ਫਿਰ ਬੈਰਿੰਗ ਦੀ ਕੋਨ ਨੂੰ ਚਲਾਉਣ ਦੀ ਕੋਸ਼ਿਸ਼ ਕਰੇ, ਕਹੀਂ ਪਾਸੋਂ ਅਗਰ ਕੋਨ ਚੱਲ ਪਈ ਤੁਹਾਡਾ ਸਹਿਜ ਗਿਆ, ਬਾਹਰੋਂ ਟਰੈਕਟਰ ਚੱਲਦਾ ਪਏ, ਬੈਰਿੰਗ ਠੀਕ ਹੈ, ਸਾਰਾ ਕੁਝ ਠੀਕ ਹੈ, ਲੇਕਿਨ ਉਹ ਸਹਿਜ ਨੂੰ ਖਾਂਦਾ ਪਏ ਹਰ ਵਕਤ, ਕਿਉਂਕਿ ਤੁਸੀਂ ਉਹਦੇ ਸੀਐਲ ਪਾ ਕੇ ਬਹੁਤ ਗਾਣਾ ਕਰ ਦਿੱਤਾ। ਅਗਰ ਸੀਐਲ ਪਾਵਿਆ ਤਾਂ ਕੋਈ ਕੰਪਨੀ ਪਾ ਕੇ ਦਿਖਾਵਿਆ, ਮੈਸੀ ਵਾਲੇ ਪਾਵੇਂ ਨਾ ਨਹੀਂ ਪਾਇਆ, ਫੀਏਡ ਵਾਲੇ ਪਾਵੇਂ ਨਾ ਨਹੀਂ ਪਾਇਆ, ਰੂਸੀ ਦੇ ਕਦਮ ਕਈ ਮਾਡਲ ਹੀ ਸਾਬਿਤ ਕਰਦੇ ਕਿ ਉਹਦੇ ਸੀਐਲ ਆਇਆ ਨਹੀਂ ਆਇਆ। ਡਰਮ ਦੇ ਫੀਏਡ ਦੇ ਡਰਮ ਦੇ ਵਿੱਚ ਸੀਐਲ ਆਉਂਦਾ, ਠੀਕ ਹੈ, ਉਹ ਡਰਮ ਦਾ ਕੀ ਮਕਸਦ ਹੈ ਕਿ ਉਹਦੇ ਹੀ ਤਲ ਦੇ ਵਿੱਚ, ਲੇਕਿਨ ਉਹ ਜਿਸ ਟਾਈਮ ਵੱਡਾ ਗਰਾਰਾ ਫਿਰਦਾ ਪਏ ਨਾ, ਉਹ ਬੈਰਿੰਗਾਂ ਕੋਈ ਦੀਂਦਾ ਪਏ, ਐਕਸਲ ਕੋਈ ਦੀਂਦਾ ਪਏ, ਉੱਥੇ ਪਏ ਇੱਕ ਐਕਸਲ ਦੀ ਜ਼ਿਆਦਾ ਕਟਾਈ ਨਾ ਥੀ ਵੇ, ਮੁਫਤ ਸਰਜੀਆ ਸਿਸਟਮ। ਰੂਸੀ ਦਾ ਇੱਥੋਂ ਸ਼ੁਰੂ ਥੀਂਦਾ ਪਏ 40 ਲੀਟਰ, ਠੀਕ ਹੈ, ਇਸ ਜਗ੍ਹਾ ਤੋਂ ਸ਼ੁਰੂ ਥੀਂਦਾ ਔਰ ਇਸ ਜਗ੍ਹਾ ਤੱਕ ਆਉਂਦਾ, ਕਿਤਨੇ ਲੀਟਰ, 40 ਲੀਟਰ। ਇਹ ਸਾਰਾ ਦੌਰਾਨੀਆ ਕੀ ਦਾ ਖੜਾ ਹੈ, ਆਇਲ ਦਾ ਖੜਾ ਹੈ, ਇਹਦੇ ਵਿੱਚ 40 ਲੀਟਰ ਆਇਲ ਚੱਲਦਾ, ਠੀਕ ਹੋ ਗਿਆ। ਤੇ 40 ਲੀਟਰ ਜਿਸ ਟਾਈਮ ਖਿੰਡਦਾ ਹੈ, ਅੱਧ ਤਾਂ ਇਹ ਥੱਲੇ ਕੂਬੇ ਦੇਖਣਾ, 40 ਪੂਰੇ ਨਹੀਂ ਹੋਣਾ, ਬਸ ਇਹ ਕਮ ਅਜ਼ ਕਮ 10-1 ਲੀਟਰ ਇਹਦੇ ਇਸ ਖੂਬੀ 'ਚ ਆ ਵੈਂਦੇ, 5 ਲੀਟਰ ਇਸ ਖੂਬੀ 'ਚ ਆ ਵੈਂਦੇ, ਬਕਾਇਆ ਪਿੱਛਾ ਦੇਖ ਕੇ ਨਾ ਬਾਡੀ ਦੇ ਇਸ ਹਿੱਸੇ ਤੱਕ ਆਇਲ ਆ ਬਚਦਾ, ਠੀਕ ਹੈ। ਅਤੇ ਗਰਾਰੀ ਉਹ ਉੱਤੇ ਪਈ ਹੈ, ਇਹ ਪੰਪ ਦੀ ਸਿੱਧੀ ਅੱਗੋਂ ਇੱਥੇ ਅੰਦਰ ਗਰਾਰੀ ਹੈ, ਵੱਧ ਉਹਦੇ ਥੱਲੇ ਗਰਾਰੀ ਹੈ, ਇੱਥੇ ਡਬਲ ਬੈਰਿੰਗ, ਇੱਥੇ ਡਬਲ ਬੈਰਿੰਗ, ਇੱਥੇ ਡਬਲ ਬੈਰਿੰਗ, ਤੋੜੋ ਤੋੜ ਇਹਦੇ ਬੈਰਿੰਗ। ਲੇਕਿਨ ਜਿਸ ਟਾਈਮ ਸੀਐਲ ਚੱਲਦਾ ਪਏ ਤਾਂ ਬੈਰਿੰਗ ਬੜੀ ਮੁਸ਼ਕਿਲ ਹੈ, ਸਰਦੀਆਂ ਦੇ ਵੀ ਟਰੈਕਟਰ ਚਲੇ ਨਾ ਆਵੇ ਤਾਂ ਕੋਈ, ਜਾਂ ਕੋਈ ਬੰਦਾ ਸੀਐਲ ਪਾਈ ਪਏ ਉਹ ਚਲੇ ਸੀ, ਉਸਨੂੰ ਪਤਾ ਲੱਗ ਗਿਆ ਸੀ ਵੀ ਸੀਐਲ ਦਾ ਨੁਕਸਾਨ ਹੈ ਜਾਂ ਸੀਐਲ ਦਾ ਫਾਇਦਾ। ਕਿਤਨੇ ਹੀ ਬੈਰਿੰਗਾਂ ਦੇ ਸਹਿਜ ਨੇ, ਕਿਤਨੇ ਬੈਰਿੰਗ ਇੱਥੋਂ ਸ਼ੁਰੂ ਥੀਂਦੇ ਨੇ ਜਿਹੜੇ ਸੀਐਲ ਹੀ ਚੱਲਦੇ ਪੈਣ ਔਰ ਉਹ ਛਿਕੀਂਦੇ ਪੈਣ, ਛਿਕ ਛਿਕ ਕੇ ਟਰੈਕਟਰ ਜਾਮ ਕਰਦੇ, ਜਾਮ ਕਰੇ। ਅਤੇ ਇੱਕ ਨਾ ਥੋੜ੍ਹੀ ਉਲਟ ਕਹਾਣੀ ਚੱਲੀ ਹੈ ਵਹਿੰਦੀ, ਲੋਕ ਆਦਮ ਜੀ ਗਾੜਾ ਇੰਜਨ ਦੇ ਵਿੱਚ ਬਗੇਰ 'ਚ ਹੈ ਨਾ ਆਵਾਜ਼, ਤੁਸੀਂ ਉਹਦੇ 'ਚ ਗਾੜਾ ਆਇਲ ਛੱਡ ਦਿਓ, ਨਹੀਂ ਥੀਂਦਾ। ਅੱਛਾ, ਕੰਪਨੀ ਦਾ ਤੁਸੀਂ ਗੇਜਾਂ ਛਿੱਕ ਕੇ ਪਹਿਲੀ ਦਿਹਾੜ ਨਾ ਉਸਨੂੰ ਚੈੱਕ ਕਰ,
ਇਹ ਗੇਅਰ ਦਾ ਕਿਤਨਾ ਮੋਟਾ ਹੈ, ਇੰਜਨ ਦਾ ਜਨਾਬ ਇਹ ਕਿਤਨਾ ਮੋਟਾ ਹੈ, ਏਅਰ ਕਲੀਨਰ ਦਾ ਦੇਖ ਕੇ ਨੋ, ਹਾਈਡ੍ਰੋਲਿਕ ਦਾ, ਸਟੀਅਰਿੰਗ ਦਾ ਦੇਖ ਕੇ, ਕੋਈ ਮਾਮੂਲੀ ਫਰਕ ਹੋਇਆ ਤਾਂ ਉਸੀ ਨਾਲ ਤਾਂ ਸਭ ਇੱਕਾ ਚੀਜ਼ ਟੋਟਲੀ। ਅਤੇ ਲੋਕ ਜਿਨ੍ਹਾਂ ਆਪਾਂ ਤੋਂ ਨੰਬਰਾਂ ਵਾਲੇ ਪਾਸੇ ਜਲੇ ਆਉਣ ਨਾ, ਮਹਿੰਗੇ ਆਇਲ ਗਿਣਨ, ਚੰਗਾ ਮਹਿੰਗਾ ਆਇਲ ਗਿਣਨ, ਲੇਕਿਨ ਉਹ ਇੱਕ ਪਤਲਾ ਆਉਂਦਾ, ਉਹਦੇ ਉੱਤੇ ਗ੍ਰੇਡ ਆਪਣਾ ਲਿਖਿਆ ਹੋਇਆ ਆਉਂਦਾ, ਉਹ ਜਿਸ ਟਾਈਮ ਪਤਲਾ ਆਉਂਦਾ ਉਹ ਇੰਜਨ ਹੀ ਸਾਰਾ ਨੁਕਸਾਨ ਕਰ ਲੈਂਦੇ, ਸਹੀ ਬੁਸ਼ ਮੁਸ਼ ਰਗੜੇ ਨੂੰ ਪੈਂਦੇ, ਕਿਉਂਕਿ ਸਭ ਤੋਂ ਜ਼ਿਆਦਾ ਸਪੀਡ ਕਿਹਦੇ ਵਿੱਚ ਹੈ, ਇੰਜਨ ਦੇ ਵਿੱਚ, ਇੰਜਨ ਤੋਂ ਪਿੱਛਾ ਸਭ ਸਪੀਡਾਂ ਕੰਮ ਹਨ, ਇੰਜਨ ਦੇ ਵਿੱਚ ਸਭ ਤੋਂ ਜ਼ਿਆਦਾ ਸਪੀਡ ਕਿਤਨੇ ਆਰ ਪੀ ਐੱਮ ਹੈ, ਹਰ ਵਕਤ ਦੀ ਸਪੀਡ ਹੈ, ਸਟਾਰਟ ਕੀਤਾ ਰੇਸ ਦਿੱਤੀ ਹੈ, ਬੰਦ ਕੀਤਾ ਰੇਸ ਦਿੱਤੀ ਹੈ, ਕੰਮ ਹੀ ਜਿਸ ਟਾਈਮ ਤੂੰ ਲੱਗਾ ਪਏ ਤਾਂ ਇਹਦੇ ਵਿੱਚ ਬੈਰਿੰਗ ਨਹੀਂ, ਕਿਆ ਚੀਜ਼ ਹੈ, ਬੁਸ਼ ਨੂੰ ਮਸਾਇਆ, ਬੋ ਬੈਰਿੰਗ ਜਿਹੜਾ ਉਹ ਥੋੜ੍ਹੀ ਬਹੁ ਆਇਲ ਦੇ ਉੱਤੇ ਚੱਲ ਪੈਂਦਾ, ਲੇਕਿਨ ਜਿਹੜਾ ਬੁਸ਼ ਹੈ ਜਦ ਤੱਕ ਉਹਦੇ ਵਿੱਚ ਆਇਲ ਮਿਲਦਾ ਨਹੀਂ ਪਿਆ, ਉਹ 5 ਸੈਕਿੰਡ ਤੋਂ ਉੱਤੇ ਨਹੀਂ ਚੱਲ ਨਾ ਚੱਲਦੇ, ਜਾਮ ਹੋਇਆ, ਪਤਲਾ ਉਹ ਸੀ ਤਾਂ ਉਸਨੂੰ ਨੁਕਸਾਨ ਥੀ ਸੀ, ਬੈਰਿੰਗ ਨੂੰ ਘੱਟ ਥੀ ਸੀ, ਪਰ ਇਹਨੂੰ ਬਹੁ ਜ਼ਿਆਦਾ, ਔਰ ਇਹਦੇ ਵਿੱਚ ਹੀ ਗਰਾਰੀਆਂ, ਟਾਈਮਿੰਗ ਦੀਆਂ ਗਰਾਰੀਆਂ, ਉਹਨਾਂ ਗਰਾਰੀਆਂ ਨੂੰ ਸੀ ਐੱਲ ਦੇਣਾ, ਇਹਨਾਂ ਨੂੰ ਕਿਉਂ ਬਹੁ ਪਤਲਾ ਦੇਣਾ, ਵਜ੍ਹਾ ਮੋਟਰਸਾਈਕਲ ਦੇ ਵਿੱਚ ਗਾੜਾ ਅਗਰ DUPSO ਕੰਪਨੀ ਦਾ ਮੋਟਰਸਾਈਕਲ ਬਰਦਾਸ਼ਤ ਕਰ ਸਕਦਾ ਤਾਂ ਇਹ 4 ਸਿਲੰਡਰ ਇਹਦੇ ਮੋਟੇ ਪਿਸਟਨ ਵਾਲਾ ਇਹ ਕਿਉਂ ਨਹੀਂ ਕਰ ਸਕਦਾ, ਯਾਨੀ ਤੂੰ ਕਰੈਂਕ ਦੇਖ, ਵਜ਼ਨ ਦੇਖ, ਕਿਤਨੇ ਕਿਤਨੇ ਇਹਦੇ ਵਿੱਚ ਵਜ਼ਨ ਹਨ, ਔਰ ਉਸ ਵਜ਼ਨ ਦੇ ਮੁਤਾਬਿਕ ਹਿਸਾਬ ਕਿਤਾਬ ਦੇਖ, ਤਾਂ ਵੱਧ ਸਮਝ ਆ ਸੀ, ਹੁਣ ਤੇਰਾ ਜ਼ਿਹਨ ਕੀ ਮੰਨਦਾ ਵੀ ਕਿ ਆਇਲ ਕਿਹੜਾ ਪਾਉਣਾ ਚਾਹੀਦਾ, ਥੋੜ੍ਹਾ ਆਪਣੇ ਜ਼ਿਹਨ ਮੁਤਾਬਿਕ ਮੈਡਲ ਸੈਟ ਨਾ ਕਰੇ, ਹੁਣ ਤੇਰੀ ਸੋਚ ਕਿਉਂ ਆਉਂਦੀ ਹੈ ਕਿ ਗਾੜਾ ਹੋਣਾ ਚਾਹੀਦਾ, ਇਹ ਇੱਕ ਰੀਜ਼ਨ, ਹਾਂਜੀ ਤਫਸੀਲਾਂ ਨਾ, ਨਹੀਂ ਖਿਲ ਨਹੀਂ ਚੱਲ, ਆਰਿਫ ਦੀ ਲੋਕ ਆਦਿ ਵੀਡੀਓ ਨਹੀਂ ਬਣਾਉਂਦੇ, ਅੱਜ ਤਾਂ ਮਾਸ਼ਾਅੱਲਾ ਆਰਿਫ ਦੇਖ, ਪੀਸਾਂ ਟੋਟਲ ਨੁਕਸਾਨ ਹੈ, ਅੱਬਾ ਜਿਹੜੇ ਗਰਮ ਖੜਾ ਹੁੰਦੇ, ਤੂੰ ਥੋੜ੍ਹਾ ਜਿਹਾ ਆਇਲ ਕੱਢ ਕੇ ਚੈੱਕ ਤਾਂ ਕਰ, ਉਸਨੇ ਬਿਲਕੁਲ ਨਹੀਂ ਪਾਣੀ ਬਣਾ, ਪ੍ਰੈਸ਼ਰ ਕਿਉਂ ਡਾਊਨ ਥੀ ਵੈਂਦੇ, ਜਿਹੜਾ ਤੇ ਮੇਰੇ 4 ਤੇ ਪ੍ਰੈਸ਼ਰ ਆਈ ਬੰਦ ਉੱਤੇ ਆਇਆ ਖੜੇ, ਕਿਸੇ ਵਜ੍ਹਾ ਤੋਂ ਗੱਲਾਂ, ਪਾਣੀ ਬਣ ਗਏ, ਜਿਹੜੇ ਪਾਣੀ ਬਣ ਗਏ ਉਹਦੀ ਨਿਕਾਸੀ ਜ਼ਿਆਦੀ ਥੀ ਗਈ, ਜਿਹੜੇ ਨਿਕਾਸੀ ਖਤਮ ਥਈਏ ਜ਼ਿਆਦੀ ਥਈਏ, ਤਾਂ ਉਹਨੂੰ ਗੇਜ ਪਚਾਟ ਜ਼ੀਰੋ ਤੇ ਆ ਗਈ, ਕਿਉਂਕਿ ਉਹਦੇ ਉੱਤੇ ਲੋਡ ਕੋ ਨਹੀਂ, ਅੱਗੂ ਰਸਤਾ ਮਿਲ ਗਏ ਪਤਲੇ, ਅਗਰ ਇੱਥੇ ਹਾਏ 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 ਗਾੜਾ ਹੁੰਦਾ ਤਾਂ ਉਹ ਥੋੜ੍ਹੀ ਜਿਹੀ ਰੁਕਾਵਟ ਕਰਿਆ ਬਸ, ਅਤੇ ਲੋ ਉੱਥੇ ਹੁਣ ਕੋਈ ਪੀਸ ਨੂੰ ਨੁਕਸਾਨ ਨਹੀਂ, ਵੀ ਕੱਟ ਗਿਣ ਸੀ ਆਇਲ ਨਹੀਂ ਨੁਕਸਾਨ, ਕਿਉਂ ਨਹੀਂ ਨੁਕਸਾਨ, ਕਿ ਪਿੱਛੋਂ ਜਿਹੜਾ ਪਰੂ ਕੁੱਪਾ ਲਾਇਆ ਸੀ ਨਾ, ਕੁੱਪੇ 'ਚ ਆਟੋ ਸਿਸਟਮ ਲਾਇਆ, ਜਿਹੜੇ ਉਦੋਂ ਉੱਤੇ ਲੋਡ ਪੋ ਸੀ ਉਹ ਆਟੋਮੈਟਿਕ ਚੈਮਰ ਮੂਵ ਲੈ ਸਾਡੇ, ਇੰਝ ਹੈ ਨਾ, ਲੋਕ ਕੀ ਸੋਚਿੰਦੇ ਨੇ ਪੀਸਾਂ ਦਾ ਨੁਕਸਾਨ, ਯਾਰ ਕਿੱਥੋਂ ਨੁਕਸਾਨ ਹੈ, ਇਹ ਆਟੋਮੈਟਿਕ ਹੀ ਬਸ, ਇਹ ਆਟੋਮੈਟਿਕ ਇਹਦੇ ਉੱਤੇ ਕਈ ਟਾਈਮ ਹੀ ਅੱਗੂ ਜ਼ੁਲਮ ਥੀ ਹੈ, ਇਸ ਨੁਕਸਾਨ ਨਹੀਂ ਕੀਤਾ, ਗਰਾਰੀ ਨਹੀਂ ਖਾਧੀ, ਪੰਪ ਨਹੀਂ ਖਾਧਾ, ਪੈਪ ਨਹੀਂ ਪਾੜਾ, ਕੀਤਾ ਕੀ ਯਾਰ, ਵੱਲ ਆਟੋਮੈਟਿਕ ਕੀਤਾ, ਉਹ ਉਹਨਾਂ ਨੂੰ ਪਿੱਛਾ ਹਟਾ ਕੇ ਆਇਲ ਨੂੰ ਥੱਲੇ ਜ਼ਾਇਆ ਕਰ ਦਿੱਤਾ, ਜਿਤਨੀ ਜ਼ਰੂਰਤ ਹੈ ਉਤਨਾ ਭੇਜਿਆ, ਅਤੇ ਲੋਕਾਂ ਦੀ ਸੋਚ ਗਲਤ ਕੰਮ ਕਰ ਰਹੀ ਹੈ ਨਾ,
ਗਾੜਾ ਆਇਲ ਜਿੱਥੇ ਕਤਰੇ ਕਵਾਈ ਲੱਗੇ ਉਹ ਜਗ੍ਹਾ ਲਾਜ਼ਾ ਸਲਿਪ ਕਰੇ ਸੀ ਨਾ ਬਿਲਕੁਲ ਲਾਜ਼ੇ ਬਾਅਦ ਗਰਮੀ ਵੰਜ ਪਕੜੇ ਸੀ ਜਿੱਥੇ ਬੋਨੂ ਪਤਲੇ ਅਗਰ ਥੋੜੀ ਜਿਹੀ ਮਿਸਟੇਕ ਬਣ ਗਈ ਚਿਕਾਟਾ ਸੀ ਹਰਸ਼ੇ ਫਸ ਖਲੋਸੀ ਜਾਮ ਠੀਕ ਸੀ ਬਿਲਕੁਲ ਬਸ ਬਸ ਇਹ ਗੱਲਾਂ ਸੁਚੀਂਦਾ ਕੋਈ ਬਸ ਸਾਰੇ ਰਿੰਗਾਂ ਨੂੰ ਨੁਕਸਾਨ ਹੈ ਪਤਲੇ ਤੇ ਕਰੈਂਕ ਨੂੰ ਨੁਕਸਾਨ ਹੈ ਸਭ ਚੀਜ਼ਾਂ ਨੂੰ ਨੁਕਸਾਨ ਹੈ ਇਹ ਚੀਜ਼ ਨਾ ਸੁਚੇ ਸਨ ਇੱਕ ਰਿਵਾਇਤ ਤੇ ਚੱਲਿਆ ਸੀ ਥੋੜਾ ਜਿਹਾ ਪਾਓ ਬਈ ਥੋੜਾ ਜਿਹਾ ਗਾੜਾ ਥੀ ਉਹ ਸਪਰੇ ਕਰ ਸਕੇ 40 ਲੀਟਰ ਹੀ ਲੂ ਪਾ ਰਹੇ ਨਾ ਤਰਾਏ ਪਾ ਰਹੇ ਕੋਈ ਥੋੜੀ ਜਿਹੀ ਨੰਬਰ ਜਿਤਨਾ ਵਧਾ ਤੂੰ ਇੰਜ ਵਧਾ ਮੈਂ ਗਰੀਸ ਟੋਕਰੀ ਤੀ 2 ਕਿਲੋ ਗਰੀਸ ਤੇ ਗੇਰ ਚੋਂ ਤੱਲੇ ਸਾਡੇ ਤੇ ਉਹ ਵੰਨ ਕੇ ਸਾਰੇ ਹਾਂਡੇ ਇਕੱਠੇ ਥੀ ਕੇ ਉੱਥੇ ਜਨਾਬ ਸਾਰਾ ਕਚਰਾ ਇਕੱਠਾ ਥੀ ਆ ਵਾਲਾ ਉਹ ਗੁਲ ਗੁਲ ਕੇ ਪੂਰੇ ਇਸ ਜਾ ਤੋਂ ਉਸ ਜਗ੍ਹਾ ਤੱਕ ਹਾਂਡੇ ਦੀ ਐਂਡ ਵਾਲੀ ਪਲੇਟ ਤੱਕ ਹੁੱਕ ਤੱਕ ਸਾਰੇ ਮਾਲ ਦੀ ਉਸ ਨਾਲ ਸਤੀਆ ਨਾਸ ਕਰ ਬਸ ਠੀਕ ਹੈ ਹੁਣ ਇੱਥੇ ਵੀਡੀਓ ਦਾ ਐਂਡ ਕਰੀਂਦੇ ਪਏ ਉਮੀਦ ਹੈ ਤੁਹਾਨੂੰ ਸਮਝ ਆਈ ਉਸ ਸਮਝ ਨਹੀਂ ਆਈ ਚਾਗਨਾਵਾਦ ਮੁਬਲਹਿਲ ਤਨ ਮਜ਼ੀਦ ਸਮਝਾਉਂ ਮੈਂ ਗਾੜਾ ਪਤਲਾ ਕਿਹੜਾ ਠੀਕ ਹੈ ਅੱਲਾਹ ਹਾਫਿਜ਼।